ਤਾਂ ਬਾਬਾ ਜੀ ਹਮੇਸ਼ਾ ਕਹਿੰਦੇ ਆ ਕਿ ਪੁੱਤ ਜਦੋਂ ਮੈਨੂੰ ਲਿਆ ਕੇ ਲੋਕ ਪਾਸਪੋਰਟ ਫੜਾਉਂਦੇ ਆ ਨਾ, ਮੈਂ ਉੱਤੇ ਹਮੇਸ਼ਾ ਲਿਖਦਾ ਦਾਤਾ ਭਲੀ ਕਰੇ, ਦਾਤਾ ਭਲੀ ਕਰੇ, ਦਾਤਾ ਭਲੀ ਕਰੇ, ਤਿੰਨ ਵਾਰੀ ਮੈਂ ਇਹ ਲਿਖਦਾ, ਨਾ ਕਿ ਉਹ ਅੱਗੇ ਸਾਈਨ ਕਰਕੇ ਦੇ ਦਿੰਦੇ ਆ ਅਤੇ ਉੱਥੇ ਵੀਜ਼ਾ ਆ ਜਾਂਦਾ। ਹੁਣ ਤੁਹਾਨੂੰ ਦੱਸਦਾ ਜੀ, ਉੱਥੇ ਇੱਕ ਬੰਦਿਆਂ ਦਾ 9 ਵਾਰ ਨਾ ਇੱਕ ਬੰਦੇ ਦੀਆਂ ਰਿਫਿਊਜ਼ਲ ਆਈਆਂ ਹੋਈਆਂ ਸੀ, 9 ਵਾਰ ਸੇਮ ਹੀ ਪੇਪਰ ਲੱਗਦੇ ਆ ਅੰਬੈਸੀ ਦੇ ਵਿੱਚ, ਬੰਦਾ ਚੇਂਜ ਕਰਕੇ ਤਾਂ ਲਾ ਨਹੀਂ ਸਕਦਾ। ਜਿਹੜੇ ਇੱਕ ਵਾਰੀ ਮੰਨ ਕੇ ਚਲੋ ਅਮੈਰੀਕਾ ਦੀ ਅੰਬੈਸੀ 'ਚ ਇੱਕ ਵਾਰੀ ਬੰਦੇ ਨੇ ਆਪਦੇ ਆਪ ਨੂੰ ਮੰਨ ਕੇ ਚਲੋ ਦੱਸਦਾ ਵੀ ਮੈਂ ਐਡਵੋਕੇਟ ਹਾਂ, ਤਾਂ ਉਹੀ ਸੇਮ ਪੇਪਰ ਲੱਗੀ ਜਾਣਗੇ ਉਹਦੇ ਵਾਰੀ ਵਾਰੀ, ਠੀਕ ਹੈ ਜੀ। ਤਾਂ 10ਵੀਂ ਵਾਰ ਬਾਬਾ ਜੀ ਨੇ ਕਿਹਾ ਵੀ ਪੁੱਤ ਲਾ, ਉਹ ਬੰਦਾ ਇਸ ਟਾਈਮ ਅਮੈਰੀਕਾ ਬੈਠਾ ਜੀ। ਅੱਛਾ, ਅਮੈਰੀਕਾ ਦੀ ਗੱਲ ਕੀਤੀ ਹੈ, ਇੱਕ ਗੱਲ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋ ਰਹੀ ਹੈ ਵੀ ਅਮੈਰੀਕਾ ਦੇ ਹੋਰਾਂ ਦੇ ਵੀਜ਼ੇ ਤਲਵਾ 'ਤੇ, ਪਰ ਬਾਬਾ ਜੀ ਨੇ ਆਪ ਅਪਲਾਈ ਕੀਤਾ ਸੀ ਅਮੈਰੀਕਾ ਦਾ ਵੀਜ਼ਾ, ਉਹਨਾਂ ਦਾ ਆਪਣਾ ਨਹੀਂ ਲੱਗਿਆ। ਦੇਖੋ ਉਹ ਵੀ ਇਨਸਾਨ ਆ ਜੀ, ਹੁਣ ਬਾਬਾ ਜੀ ਪਤਾ ਕੀ ਚੱਕਰ ਆ, ਨਹੀਂ ਮੈਂ ਤੁਹਾਨੂੰ ਇਹ ਵੀ ਚੀਜ਼ ਕਲੀਅਰ ਕਰਨੀ ਚਾਹੁੰਦਾ, ਬਾਬਾ ਜੀ ਦਾ ਅਮੈਰੀਕਾ ਦਾ ਵੀਜ਼ਾ ਲੱਗਿਆ ਵਾ, ਕਨੇਡਾ ਦਾ ਵੀਜ਼ਾ, ਬਾਬਾ ਜੀ ਕਨੇਡਾ ਦਾ ਜਾ ਹੀ ਆਏ, ਆਸਟ੍ਰੇਲੀਆ ਦਾ ਵੀਜ਼ਾ ਲੱਗਿਆ ਵਾ, ਆਸਟ੍ਰੇਲੀਆ ਬਾਬਾ ਜੀ ਨੇ ਜਾਣਾ ਸੀ, ਬਾਬਾ ਜੀ ਦਾ ਗਲੇ ਦਾ ਆਪਰੇਸ਼ਨ ਕਰਾਉਣਾ ਪੈ ਗਿਆ, ਨਹੀਂ ਗਏ।